ਜੀ ਸਾਕ ਮੂਵੀ ਦੇ ਵਿੱਚ ਭਾਬੀ ਦਾ ਕਰੈਕਟਰ ਪਲੇ ਕਰ ਰਹੇ ਬੜੀ ਖੂਬਸੂਰਤ ਮੁਟਿਆਰ ਜਿਹੜੀ ਕਿਸੇ ਵੀ ਜਾਣ ਪਹਿਚਾਣ ਦੀ ਮੁਹਤਾਜ ਨਹੀਂ ਆ, ਬਹੁਤ ਸਾਰੀਆਂ ਮੂਵੀਜ਼ ਕੀਤੀਆਂ ਹੁਣ ਤੱਕ, ਔਰ ਜਿਨ੍ਹਾਂ ਨੂੰ ਮੈਂ ਇੱਕ ਬੜੀ ਮਤਲਬ ਸੁਲਝੀ ਹੋਈ ਕਹਿ ਸਕਦੀ ਹਾਂ। ਲਾਸਟ ਟਾਈਮ ਜਿਹੜੀ ਇੰਟਰਵਿਊ ਅਸੀਂ ਕੀਤੀ ਸੀ ਉਹਨੂੰ ਤੁਸੀਂ ਬਹੁਤ ਪਿਆਰ ਦਿੱਤਾ ਸੀ, ਉਮੀਦ ਕਰਦੀ ਇਹਨਾਂ ਗੱਲਾਂ ਬਾਤਾਂ ਨੂੰ ਵੀ ਉਨਾ ਹੀ ਪਿਆਰ ਦਿਓਗੇ। ਸੋ ਮੇਰੀ ਮੁਰਾਦ ਆ ਜੀ ਸਿਮਰਨ ਸਹਿਜਬਾਲ ਤੋਂ। ਸਤਿ ਸ਼੍ਰੀ ਅਕਾਲ ਸਿਮਰਨ ਜੀ। ਸਤਿ ਸ਼੍ਰੀ ਅਕਾਲ ਜੀ। ਬੜੇ ਖੂਬਸੂਰਤ ਲੱਗ ਰਹੇ ਹਾਂ। ਹਾਏ ਰੱਬਾ, ਉਹਦੀ ਮੈਨੂੰ ਪਹਿਲਾਂ ਵੀ ਕਿਹਾ ਸੀ। ਸੱਚੀ ਬੜੇ ਖੂਬਸੂਰਤ ਲੱਗ ਰਹੇ ਹਾਂ। ਮੈਂ ਹਮੇਸ਼ਾ ਹੀ ਲੱਗਦੀ ਹਾਂ। ਮੈਂ ਕਿਹਾ ਤੁਹਾਡੇ ਨਾਲ ਕੋਈ ਕਰੈਕਟਰ ਮਿਸ ਹੈ, ਸ਼ਾਇਦ ਮੈਂ ਮਸਕਾ ਲਗਾ ਦਾਂ ਥੋੜ੍ਹਾ ਜਿਹਾ। ਨਹੀਂ ਨਹੀਂ, ਇਹ ਭਾਬੀ ਹੈ ਨਾ, ਫਿਰ ਦਿਓਰ ਦਾ ਵਿਆਹ ਹੈ, ਹੁਣ ਐਵੇਂ ਫਿਰ ਤੈਨੂੰ ਪਤਾ ਟੌਰ ਸ਼ੌਰ ਤਾਂ ਕੱਢਣੀ ਪੈਂਦੀ ਹੈ ਨਾ। ਬਿਲਕੁਲ ਜੀ। ਸਾਕ ਮੂਵੀ ਦੇ ਵਿੱਚ ਭਾਬੀ ਜੀ ਕੀ ਸਾਕ ਕਰਾ ਰਹੇ ਨੇ, ਕਿੱਦਾਂ ਦਾ ਕਰੈਕਟਰ ਪਲੇ ਕਰ ਰਹੇ ਨੇ ਭਾਬੀ ਜੀ, ਕੀ ਖੱਟੀਆਂ ਮਿੱਠੀਆਂ ਯਾਦਾਂ ਮੂਵੀ ਦੇ ਵਿੱਚ ਘੋਲ ਰਹੇ ਨੇ? ਬਹੁਤ ਸੋਹਣਾ ਕੈਰੈਕਟਰ ਹੈ ਮੇਰਾ ਭਾਬੀ ਦਾ ਜਿਹੜਾ ਇਸ ਫਿਲਮ ਦੇ ਵਿੱਚ ਹੈਗਾ ਜੀ। ਇੱਕ ਤਾਂ ਜਿਹੜਾ ਟਾਈਮ ਪੀਰੀਅਡ ਇਸ ਫਿਲਮ ਦਾ ਹੈਗਾ ਉਹ ਹੈ 1970s ਦਾ, ਤਾਂ ਉਹ ਤੁਹਾਨੂੰ ਪਤਾ ਕਿ ਉਦੋਂ ਦਾ ਟਾਈਮ ਪੀਰੀਅਡ ਬਹੁਤ ਵਧੀਆ ਸੀਗਾ, ਔਰ ਸਾਨੂੰ ਲੱਗ ਰਿਹਾ ਕਿ ਅਸੀਂ ਸੱਚੀ ਉਸੇ ਟਾਈਮ ਦੇ ਵਿੱਚ ਜਾ ਚੁੱਕੇ ਹਾਂ। ਤਾਂ ਬਹੁਤ ਵਧੀਆ ਲੱਗ ਰਿਹਾ ਮੈਨੂੰ ਮੇਰਾ ਕੈਰੈਕਟਰ ਪਲੇ ਕਰਕੇ, ਹੀਰੋ ਦੀ ਭਾਬੀ ਦਾ ਕੈਰੈਕਟਰ ਹੈ ਅਤੇ ਪੋਜ਼ਿਟਿਵ ਕੈਰੈਕਟਰ ਹੈ ਫਿਲਮ ਦੇ ਵਿੱਚ, ਬਹੁਤ ਅੱਛਾ। ਮਤਲਬ ਭਾਬੀ ਵਿਆਹ ਦੇ ਗੀਤ ਗਾ ਰਹੀ ਹੈ? ਅੱਛਾ, ਤੇ ਗਾ ਵੀ ਰਹੀ ਹੈ, ਸਾਰਾ ਕੁਝ ਗਾ ਰਹੀ ਹੈ, ਜਿੰਨੇ ਵੀ ਭਾਬੀ ਦੇ ਚਾਲ ਆਡ ਹੁੰਦੇ ਆ ਉਹ ਸਾਰੇ ਪੂਰੇ ਕਰ ਰਹੀ ਹੈ। ਅੱਛਾ, ਸਿਮਰਨ ਸਹਿਜਪਾਲ ਜੀ ਰੀਅਲ ਲਾਈਫ ਦੇ ਵਿੱਚ ਭਾਬੀ ਦਾ ਕਰੈਕਟਰ ਪਲੇ ਕੀਤਾ? ਹਾਂ, ਮੇਰੇ ਦੋ ਦਿਓਰ ਨੇ ਜਿਨ੍ਹਾਂ ਦੀ ਮੈਂ ਵੱਡੀ ਭਾਬੀ ਹਾਂ ਆਪਣੇ ਘਰ ਦੇ ਵਿੱਚ, ਅਤੇ ਉਹ ਮਤਲਬ ਇੱਕ ਫੀਲ ਹੁੰਦਾ ਤੁਹਾਡਾ ਨਾ ਆਪਣੇ ਰੀਅਲ ਲਾਈਫ ਦੇ ਵਿੱਚ ਜਦੋਂ ਉਹੀ ਚੀਜ਼ਾਂ, ਅਤੇ ਫਿਲਮੀ ਲਾਈਫ ਦੇ ਵਿੱਚ ਉਹ ਚੀਜ਼ਾਂ ਕਰਨ ਮਜ਼ਾ ਆਉਂਦਾ ਉਹ ਕਰਕੇ ਸਾਰਾ। ਦਿਓਰ ਭਾਬੀ ਦਾ ਰਿਸ਼ਤਾ ਵੈਸੇ ਵੀ ਇੱਕ ਬਹੁਤ ਵਧੀਆ ਅਤੇ ਪਾਕ ਰਿਸ਼ਤਾ ਮੰਨਿਆ ਗਿਆ, ਸੋ ਬਹੁਤ ਵਧੀਆ ਲੱਗਾ ਮੈਨੂੰ ਇਹ ਕੈਰੈਕਟਰ ਕਰਕੇ ਜੀ। ਸਾਡੇ ਵੱਲੋਂ ਬੈਸਟ ਵਿਸ਼ਸ ਨੇ ਸਾਕ ਮੂਵੀ ਦੇ ਲਈ, ਅਤੇ ਮਾਮੀ ਜੀ ਨਾਲ ਵੀ ਗੱਲਬਾਤ ਕਰਦੇ ਹਾਂ ਜੀ। ਮੇਰੇ ਨਾਲ ਨੇ ਮਾਮੀ ਜੀ ਜੋ ਕਰੈਕਟਰ ਦੇ ਵਿੱਚ ਮੂਵੀ ਦੇ ਵਿੱਚ ਸਾਕ ਮੂਵੀ ਦੇ ਵਿੱਚ ਮਾਮੀ ਦਾ ਕਰੈਕਟਰ ਪਲੇ ਕਰਨੇ, ਰਜਿੰਦਰ ਕੌਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਮਾਮੀ ਜੀ ਸਾਕ ਮੂਵੀ ਦੇ ਵਿੱਚ ਨਾਨਕਾ ਸ਼ੱਕ ਦੇ ਵਿੱਚ ਕੀ ਕੀ ਲੈ ਕੇ ਆ ਰਹੇ ਨੇ? ਨਾਨਕੀ ਸ਼ੱਕ 'ਚ ਬਹੁਤ ਕੁਛ ਲੈ ਕੇ ਆਏ ਹਾਂ, ਪਰ ਹਜੇ ਦਿਖਾਉਣਾ ਅਸੀਂ। ਅੱਛਾ, ਹਲੇ ਨਾ। ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ। ਮਾਮੀ ਜੀ ਨੇ ਨਾਨਕਾ ਸ਼ੱਕ ਰੱਖਤਾ ਸਸਪੈਂਸ। ਅੱਛਾ, ਮਾਮੀ ਜੀ ਜਾਗੋ ਵੀ ਕੱਢਣਗੇ? ਹਾਂਜੀ ਹਾਂਜੀ, ਜ਼ਰੂਰ। ਫਿਰ ਜਾਗੋ ਦਾ ਕੁਛ ਹੋ ਜਾਏ। ਸ਼ਾਵਾ ਬਈ ਹੁਣ ਜਾਗੋ ਆਈਆ, ਬੱਲੇ ਬਈ ਹੁਣ ਜਾਗੋ ਆਈਆ। ਕਿਆ ਬਾਤ ਹੈ ਜੀ, ਨਾਨਕਿਆਂ ਨੇ ਤਾਂ ਜਾਗੋ ਦਿਖਾ ਦਿੱਤੀ ਤੁਹਾਨੂੰ। ਸੋ ਮੈਮ, ਮੈਂ ਤੁਹਾਨੂੰ ਪੁੱਛਣਾ ਚਾਹਾਂਗੀ, ਤੁਸੀਂ ਹੁਣ ਤੱਕ ਕਿੰਨੀਆਂ ਮੂਵੀਜ਼ ਕਰ ਚੁੱਕੇ? ਹੁਣ ਤੱਕ ਮੇਰੀਆਂ ਵੈਸੇ ਤਾਂ ਕਾਫੀ ਮੂਵੀਜ਼ ਹੋ ਗਈਆਂ, ਨੀਅਰ ਅਬਾਊਟ ਮੇਰੀਆਂ 15 ਦੇ ਕਰੀਬ ਮੇਰੀਆਂ ਫੀਚਰ ਮੂਵੀਜ਼ ਹੈਗੀਆਂ, 4 ਮੇਰੀਆਂ ਹਿੰਦੀ ਮੂਵੀਜ਼ ਹੈ ਫੀਚਰ, ਔਰ 47 ਮੇਰੀਆਂ ਸ਼ਾਰਟ ਮੂਵੀਜ਼ ਹੈ। ਕਿਆ ਬਾਤ ਹੈ ਜੀ, ਕਿਆ ਬਾਤ ਜੀ, ਬਹੁਤ ਵੱਡਾ ਸਟੋਕ ਇਕੱਠਾ ਕਰਕੇ ਬੈਠੇ ਨੇ, ਔਰ ਜਿਨ੍ਹਾਂ ਨੂੰ ਅਸੀਂ ਆਰਟਿਸਟ, ਸੀਨੀਅਰ ਆਰਟਿਸਟ ਕਹਿ ਸਕਦੇ ਹਾਂ ਜੀ। ਹਰ ਪਿੰਡ ਦੇ ਵਿੱਚ ਇੱਕ ਇੱਦਾਂ ਦਾ ਬੰਦਾ ਹੁੰਦਾ ਹੈ ਜਿਹੜਾ ਕੁਛ ਵੱਖਰਾ ਹੀ ਕਰ ਗੁਜ਼ਰਦਾ ਹੈ, ਜਿਹਦਾ ਇੱਕ ਵੱਖਰਾ ਹੀ ਰਿਕਾਰਡ ਹੁੰਦਾ ਹੈ, ਉਹਦੇ ਕਾਰਨਾਮੇ, ਉਹਦੇ ਕੰਮ ਸਾਰੇ ਵੱਖਰੇ ਹੁੰਦੇ ਨੇ, ਅਤੇ ਉਹ ਪਿੰਡ ਦੇ ਵਿੱਚ ਵੀ ਹੁੰਦਾ ਹੈ, ਰੀਅਲ ਲਾਈਫ ਦੇ ਵਿੱਚ ਵੀ ਹੁੰਦਾ ਹੈ, ਅਤੇ ਉਹ ਕਰੈਕਟਰ ਰੀਅਲ ਲਾਈਫ 'ਚ ਵੀ ਹੁੰਦਾ ਹੈ। ਜਿੱਦਾਂ ਕਿ ਸਾਕ ਮੂਵੀ ਦੇ ਵਿੱਚ ਵੀ ਇੱਕ ਰੀਅਲ ਲਾਈਫ ਦਾ ਇੱਕ ਕਰੈਕਟਰ ਹੈ ਜੀ, ਸ਼ਿੰਦਾ ਸ਼ੱਕੀ, ਅਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ। ਸ਼ਿੰਦਾ ਕਿੱਦਾਂ ਸ਼ੱਕ ਪੈਦਾ ਕਰਦਾ ਹੈ, ਔਰ ਮੂਵੀ ਦੇ ਵਿੱਚ ਕਿਹਨੂੰ ਕਿਹਨੂੰ ਕਿੱਧਰ ਕਿੱਧਰ ਘੁਮਾ ਰਿਹਾ ਆਪਣੇ ਸ਼ੱਕਾਂ ਦੇ ਨਾਲ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦਰਸ਼ਕਾਂ ਨੂੰ, ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਦਰਸ਼ਨ ਕਰੂ ਤੁਹਾਡਾ? ਹਾਂਜੀ ਮੈਮ ਜੀ, ਨਾਮ ਇਹਨਾਂ ਨੇ ਦੱਸ ਦਿੱਤਾ, ਦਰਸ਼ਨ ਕਰੂ ਜੀ। ਤੁਹਾਡੇ ਕੋਲ ਮੈਂ ਸਾਕ ਮੂਵੀ ਦੇ ਵਿੱਚ ਤੁਹਾਡੇ ਕਰੈਕਟਰ ਬਾਰੇ ਪੁੱਛਣਾ ਚਾਹਾਂਗੀ। ਮੈਮ ਮੇਰਾ ਸਾਕ ਮੂਵੀ ਦੇ ਵਿੱਚ ਇੱਕ ਸ਼ਿੰਦੇ ਸ਼ੱਕੀ ਦਾ ਕਰੈਕਟਰ ਹੈ, ਜੋ ਕਿ ਇੱਕ ਬਹੁਤ ਵਹਿਮੀ ਹੈ। ਉਹ ਵੱਖਰੇ ਹੀ, ਮੇਰਾ ਫਿਲਮ ਦੀ ਸਕ੍ਰਿਪਟ ਨਾਲ ਕੋਈ ਕਨਸੈਪਟ ਨਹੀਂ, ਵੱਖਰਾ ਕਨਸੈਪਟ ਹੈ ਮੇਰਾ, ਵੀ ਮੈਂ ਹਰ ਇੱਕ 'ਤੇ ਸ਼ੱਕ, ਇੱਥੋਂ ਤੱਕ ਵੀ ਸਾਡੇ ਹੀ ਜਿਹੜੇ ਫਿਲਮ ਦਾ ਹੀਰੋ ਹੈ ਉਹ ਲਾਸਟ ਤੱਕ ਉਹਦੇ 'ਤੇ ਵੀ ਸ਼ੱਕ ਰਹਿੰਦਾ, ਵੀ ਇਹ ਬੰਦਾ ਇੱਧਰੋਂ ਕਿਵੇਂ ਆ ਗਿਆ, ਐਂ ਕਿਵੇਂ, ਵੀ ਇਹ ਬੰਦਾ ਇਹ ਹੋ ਨਹੀਂ ਸਕਦਾ, ਜਿਹੜਾ ਵੀ ਕੁਛ ਕਰ ਰਿਹਾ ਨਹੀਂ ਹੋ ਸਕਦਾ। ਜੇ ਹੋਰ ਵੀ ਪਿੰਡ 'ਚ ਕੋਈ ਸਪੋਜ਼ ਕਰੋ, ਕੋਈ ਬੱਸ ਸਟੈਂਡ 'ਤੇ ਕੋਈ ਕੁੜੀ ਖੜ੍ਹੀ ਹੈ, ਉਹ ਖੜ੍ਹੀ ਤਾਂ ਵਿਚਾਰੀ ਕਿਸੇ ਆਪਣੀ ਸਹੇਲੀ ਨੂੰ ਉਡੀਕ ਰਹੀ, ਉੱਥੇ ਵੀ ਦੇਖੀਏ ਪਤਾ ਨਹੀਂ ਕਿਹਦੇ ਨਾਲ ਚਲੂਗੀ ਇਹ, ਕਿਵੇਂ। ਬਸ ਪਿੰਡਾਂ ਦੇ ਵਿੱਚ ਅਜਿਹੇ ਕਰੈਕਟਰ ਹੁੰਦੇ ਨੇ, ਵੀ ਉਹੀ ਵਹਿਮ ਹੀ ਪਾਲੀ ਰੱਖਣਾ ਬੰਦੇ ਨੇ ਸਾਰੀ, ਵੀ ਵੀ ਇਸੇ ਕਰਕੇ ਮੇਰਾ ਕਰੈਕਟਰ ਦਾ ਨਾਂ ਸ਼ਿੰਦਾ ਸ਼ੱਕੀ ਹੈ। ਮੈਂ ਸਾਰੀ ਫਿਲਮ 'ਚ ਸਾਰਿਆਂ 'ਤੇ ਸ਼ੱਕ ਕਰਦਾ, ਵੀ ਇਹੋ ਜਿਹੇ ਸ਼ੱਕੀ ਬੰਦੇ ਹੁੰਦੇ ਨੇ ਜਿਹੜੇ ਆਪਦਾ ਘਰ ਤਾਂ ਨਹੀਂ ਵਸਿਆ, ਪਰ ਦੂਜੇ 'ਤੇ ਬੰਦੇ ਵਸਣ ਨਹੀਂ ਦਿੰਦੇ, ਹਰੇਕ 'ਤੇ ਸ਼ੱਕ ਹੀ ਕਰਨਾ ਬੰਦੇ ਨੇ, ਵੀ ਬੜਾ ਟੇਢਾ ਜਿਹਾ ਕਰੈਕਟਰ ਕਮਲਦੀਪ ਜੀ ਨੇ, ਡਾਇਰੈਕਟਰ ਸਾਹਿਬ ਨੇ ਮੈਨੂੰ ਦਿੱਤਾ। ਮੈਨੂੰ ਬਹੁਤ ਖੁਸ਼ੀ ਹੋਈ ਇਹ ਕਰੈਕਟਰ ਕਰਕੇ, ਔਰ ਮੈਨੂੰ ਆਨੰਦ ਆ ਰਿਹਾ, ਮੈਂ ਜਿੰਨੇ ਵੀ ਸੀਨ ਕਰ ਰਿਹਾ ਰਾਤ ਵੀ ਮੇਰਾ, ਅੱਜ ਵੀ ਮੇਰਾ ਸੀਨ ਹੈ, ਵੀ ਜਿਹੜਾ ਵੀ ਕਰਦਾ ਕੁਛ ਵੱਖਰਾ,
ਵਧੀਆ ਸਟਾਰ ਕਾਸਟਿੰਗ ਨਾਲ ਮੈਨੂੰ ਕੰਮ ਕਰਨ ਦਾ, ਮੁਕਲਦੇਵ ਜੀ ਨੇ ਉਹਨਾਂ ਦਾ ਕੰਮ ਕਰਕੇ ਬੜਾ ਅੱਛਾ ਲੱਗਿਆ, ਮਹਾਂਵੀਰ ਭੁੱਲਰ ਜੀ ਨੇ, ਮੈਡਮ ਸਹਿਜਪਾਲ ਨੇ, ਮੈਡਮ ਰਜਿੰਦਰ ਜੀ ਨੇ, ਬਾਕੀ ਸਾਡੀ ਸਾਰੀ ਟੀਮ, ਦਿਲਾਵਰ ਸਿੱਧੂ ਹੈ, ਬਹੁਤ ਅੱਛਾ ਲੱਗਿਆ। ਕਿਆ ਬਾਤ ਆ ਜੀ, ਕਿਆ ਬਾਤ ਆ ਜੀ, ਇਹਨਾਂ ਨੂੰ ਅਸੀਂ ਮੂਵੀ ਦਾ CCTV ਕਹਿ ਸਕਦੇ ਹਾਂ, ਅਤੇ ਤੁਸੀਂ ਸਾਰਿਆਂ ਨੇ ਮੂਵੀ ਨੂੰ ਦੇਖਣਾ ਆ ਔਰ ਇੰਜੋਏ ਕਰਨਾ ਥੀਏਟਰ ਦੇ ਵਿੱਚ ਜਾ ਕੇ। ਸਾਡੇ ਵੱਲੋਂ ਪੂਰੀ ਟੀਮ ਨੂੰ ਬੈਸਟ ਵਿਸ਼ਿਜ਼ ਨੇ, ਅਤੇ ਤੁਹਾਨੂੰ ਦਰਸ਼ਕਾਂ ਨੂੰ ਰਿਕੁਐਸਟ ਹੈ ਕਿ ਮੂਵੀ ਨੂੰ ਬਹੁਤ ਸਾਰਾ ਪਿਆਰ ਦੇਣਾ ਹੈ। ਬਹੁਤ ਬਹੁਤ ਸ਼ੁਕਰੀਆ।